ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਥੋਬਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਮੰਗੂ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਅਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ, ਤਾਜ਼ੀਆਂ ਸੂਈਆਂ। ਆਹ ਦੋਵਾਂ ਦੇ ਬੱਚੇ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ। ਹੋਰ ਠੀਕ ਠਾਕ ਜੀ? ਬਹੁਤ ਕਿਰਪਾ ਹੈ ਤੁਹਾਡੀ ਗੁਰੂ ਰਾਮਦਾਸ ਦੀ ਕਿਰਪਾ ਹੈ, ਤੁਸੀਂ ਸੁਣਾਓ ਠੀਕ ਠਾਕ ਜੀ? ਸਭ ਠੀਕ ਠਾਕ ਜੀ। ਅਤੇ ਨਾਮ ਦੱਸ ਦਿਓ ਕਰੀ ਫਿਰ। ਨਾਮ ਜੀ ਮੰਗੂ, ਹਾਂਜੀ, ਥੋਬਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਵੀ ਬੋਲ ਦਿਓ ਕਰ। 8476-1454-11। ਠੀਕ ਹੈ। ਅਤੇ ਉਦਣ ਵਿਕ ਗਿਆ ਫਿਰ ਮਾਲ? ਮਾਲ ਤਾਂ ਹਰ ਜੀ ਟਿਕਟਾਂ ਨੂੰ ਵਿਕਦਾ ਜੀ। ਠੀਕ ਹੈ। ਆਪਣਾ ਕਾਰੋਬਾਰੀ ਮਾਲ ਲੈ ਜਾਂਦੇ ਜੀ। ਠੀਕ ਹੈ। ਤੁਹਾਡੇ ਪਿਆਰ ਸਦਕੇ ਬੜਾ ਹੀ ਮਾਲ ਵਿਕਣ ਡਿਆ, ਬੜੀ ਬੜੀ ਦੂਰ ਤੋੜੀ। ਠੀਕ ਹੈ। ਹਰਿਆਣਾ, ਮਾਲਵਾ, ਦਿੱਲੀ, ਅੰਬੋਰ, ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆਈ ਜਾਂਦੇ ਤੁਹਾਡੀ ਸਾਡੇ ਕੋਲ। ਠੀਕ ਆ। ਤੇ ਉਦੋਂ ਫਿਰ ਵੀਡੀਓ 'ਚ ਗੰਮ ਭਾਜੀ ਨੇ ਪਾਈ ਸੀ ਤੇ ਫੋਨ ਤੇ ਆਉਣੇ ਹੀ ਆਉਣੇ ਸੀ। ਇੱਕ ਹੋਰ ਭਾਜੀ ਬੇਨਤੀ ਹੈ ਆਪਣੀ। ਅੱਛਾ। ਹੁਣ ਜਿੱਦਾਂ ਆਪਾਂ ਵੀਡੀਓ ਪਾਤੀ ਹੈ ਨਾ, ਹਾਂਜੀ, ਹੁਣ ਆਪਾਂ ਮੈਂ ਕੱਦੂ ਕਰਨਾ ਵੀਰ ਨੇ ਡੰਗਰ ਲੈਣ ਚੱਲ ਜਾਣਾ ਵਾ, ਹਾਂਜੀ, ਸਾਡੇ ਕੋਲ ਦੁਬਾਰਾ ਵੀਡੀਓ ਬਣਾ ਕੇ ਨਹੀਂ ਮਾਲ ਦੀ ਪੈਂਦੀ। ਅੱਛਾ। ਜਿਹੜੇ ਵੀਰ ਨੇ ਡੰਗਰ ਲੈਣਾ ਵਾ, ਵੀਡੀਓ ਇੱਕ ਵਾਰੀ ਵੇਖ ਲੈ, ਦੋ ਵਾਰੀ ਵੇਖ ਲੈ, ਅੱਛਾ, ਕਰ ਲੈ ਫਿਰ ਚੰਗੀ ਤਰ੍ਹਾਂ ਵੇਖ, ਚੰਗੀ ਤਰ੍ਹਾਂ ਤੇ ਕੋਈ 1500 ਸਾਈ ਨਾ ਮੇਰਾ ਵੀਰ ਪਾ ਕੇ ਡੰਗਰ ਟਕਾ ਦੇ। ਅੱਛਾ। 1000 ਰੁਪਿਆ ਸਾਈ ਪਾਈ ਜਗਾ ਦੀ ਵੀਰ ਕੇ। ਅੱਛਾ। ਬਾਅਦ ਸਾਡਾ ਫੋਨ ਹੀ ਨਹੀਂ ਚੁੱਕਿਆ ਤੇ ਅਸੀਂ ਨਾ ਚੁੱਕੀਏ ਤੇ ਉਹਨਾਂ ਕਹਿਣਾ ਖਰਾਬ ਕਰ ਦੇ। ਠੀਕ ਆ। ਇਹ ਬੇਨਤੀ ਆ ਮੇਰਾ ਵੀਰ ਕੋ, ਨੋਟ ਕਰ। ਤੇ ਹੋਰ ਗਾਮੇ ਭਾਈ ਠੀਕ ਠਾਕ ਜੀ? ਵੀ ਵਧੀਆ ਜੀ, ਸਤਿ ਸ੍ਰੀ ਅਕਾਲ। ਚੱਲੀ ਜਾਂਦਾ ਜੀ ਕੰਮ ਕਾਰ? ਵਧੀਆ ਫਿਰ। ਵਧੀਆ ਵਧੀਆ, ਬਾਬੇ ਦੀ ਕਿਰਪਾ, ਵਧੀਆ। ਚਲੋ ਵਧੀਆ, ਕਿਰਪਾ ਚਾਹੀਦੀ ਆ। ਤੇ ਕਰੀਏ ਫਿਰ ਸ਼ੁਰੂ? ਹਾਂਜੀ ਹਾਂਜੀ। ਤੇ ਸ਼ੁਰੂਆਤ ਜਿਹੜੀ ਆਪਾਂ ਇਸ ਤੋਂ ਹੀ ਕਰਨੀ ਆ, ਤਾਜ਼ੀਆਂ ਸੂਈਆਂ ਵਾ ਦੋਵੇਂ। ਕਿੰਨਾ ਕੁ ਚਿਰ ਹੋ ਗਿਆ ਵਿਧੀ ਨੂੰ ਸੂਈ ਨੂੰ? ਆ ਬੱਚਾ ਜੀ ਇਹਦਾ? ਠੀਕ ਆ, ਬਿਲਕੁਲ ਤਾਜ਼ਾ ਹੀ ਆ ਨਾੜੂ ਜਿਹੜਾ ਨਾਲ। ਚਲੋ ਫਿਰ ਚਵਾ ਵੀ ਦਿਖਾਈ ਦਈਏ ਤਾਂ ਕਦੇ, ਹੁਣ ਜੇ ਬੱਚਾ ਖੋਲ ਹੀ ਲਿਆ ਜੇ ਤਾਂ। ਕੀ ਜੇ ਮਗਰ? ਅੱਛਾ। ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ? ਇਹਦੇ ਕੋ ਭਾਜੀ 8 ਕਿਲੋ 7 ਕਿਲੋ ਦੀ ਗਾਰੰਟੀ ਜੀ, ਜਿਹੜਾ ਪੱਕਾ ਤਿਆਰ ਆ ਮੌਕੇ ਤੇ। ਉਹਦੇ ਵਿੱਚ 10 ਕਿਲੋ ਕਰ ਦੂਗੇ ਨਾ, ਗਰਮੀ ਕਰਕੇ 2-4 ਦਿਨ ਘੱਟ ਸੁੱਕੀ। ਠੀਕ ਆ। ਮੋਲੇ ਵਾਲੂ ਆ ਮਾਰ ਜੀ ਵਿੱਚ। ਠੀਕ ਠੀਕ ਆ। 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਓ। ਕੋਈ ਗੱਲ ਨਹੀਂ ਜੀ। ਠੀਕ ਆ। ਇਦਾਂ ਹੀ ਚੋਣੀ। ਠੀਕ ਆ। ਚਲੋ ਬੰਨਾ ਫਿਰ ਦਿਖਾਈਏ ਚਵਾ ਫਿਰ ਇਹਦਾ। ਆ ਥਾਣੇ ਦੇਖ ਸਕਦੇ ਆਪਾਂ ਸਮਕੇ ਦੇ ਲੱਗ ਜਾਂਦੇ। ਸਾਡੀ ਕੁਆਲਿਟੀ ਇੱਕ ਵਾਰ ਪਈ ਆ। ਦੇਖ ਸਕਦੇ ਜੀ ਚਵਾ। ਬਾਕੀ ਕੋਈ ਰੱਸੀ ਨਹੀਂ ਪਾਉਣੀ, ਕੋਈ ਕੁਝ ਨਹੀਂ। ਇਤਨਾ ਖੋਲੋ ਫਿਰ ਤੋੜ ਦੀਏ। ਠੀਕ ਹੈ। ਬਾਕੀ ਇਹ ਕਿ ਗਰਮੀ ਚੱਲਣ ਵਾਲੀਆਂ ਗਾਵਾਂ ਦੋਵੇਂ। ਚੈੱਕ ਕਰ ਲਿਓ ਮੇਰਾ। ਠੀਕ ਆ। ਹਾਂਜੀ ਠੀਕ ਹੈ। ਤੇ ਤੋਰ ਦੋ ਫਿਰ। ਤੇ ਫਿਰ ਕਿੰਨਾ ਮੁੱਲ ਇਹਦਾ?
ਗਾਮੇ ਭਾਈ ਨੇ ਦੇ ਦੇਣੀ ਅੱਜ ਠੀਕ ਆ ਤੇ ਹੁਣ ਆ ਵੀ ਸੂਈ ਨੂੰ ਥੋੜੇ ਦਿਨ ਹੀ ਹੋਏ ਆ ਇਹਦੇ ਵੀ ਥਾਣੇ ਦੇਖ ਸਕਦੇ ਲੱਗ ਗਿਆ ਤਾਂ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਵੀਰ ਜੀ ਰਾਜ ਬੱਚਾ ਕਿੰਨੇ ਦਿਨ ਹੋਏ ਸੂਈ ਨੂੰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਤਿਆਰ ਜਿਹੜਾ ਵਾ ਚਲੋ ਤੋਰੋ ਫਿਰ ਇਹਨੂੰ ਠੀਕ ਆ ਠੀਕ ਆ ਤੋਰ ਦੋ ਫਿਰ ਇਹਨੂੰ ਬਾਕੀ ਕੱਦ ਕਾਠ ਚੰਗਾ ਵਾ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਥੋੜਾ ਜਿਹਾ ਇਹਨਾਂ ਗਾਵਾਂ ਦਾ ਬੱਚਿਆਂ ਨਾਲ ਥੋੜਾ ਜਿਹਾ ਵੱਧ ਹੁੰਦਾ ਵਾ ਤੇ ਇਹਦਾ ਵੀ ਜੀ ਫਿਰ ਕਿੰਨਾ ਜਿਹਾ ਮੁੱਲ ਇਹਦੇ ਵੀ ਦੰਦ ਜਿਹੜੇ ਕਹਿੰਦੇ ਸਿਖਾ ਦੀ ਇਹਦੇ ਬਾਕੀ ਮੂੰਹ ਫੜਾਉਣ ਤੋਂ ਕਰਦੀ ਚਲੋ ਕੋਈ ਨੀ ਰਹਿਣ ਦੋ ਵੀਰ ਜੀ ਹਾਂਜੀ ਮੁੱਲ ਫਿਰ ਕਿੰਨੇ ਦੀ ਗਾਮੇ ਭਾਜੀ ਕਿੰਨਾ ਕਰ ਦੋਗੇ ਯਾਰ ਹੀ ਕਰਨਾ ਅੱਛਾ 30,000 ਰੁਪਏ ਦੇ ਦੋ ਠੀਕ ਹੈ ਜੀ ਮਾਲ ਪੂਰਾ ਆਪਣਾ ਬਾਜ਼ਾਰ ਪੂਰਾ 30,000 ਮਾਲ ਮੰਦੇ ਦੇ ਹਿਸਾਬ ਨਾਲ ਤੁਹਾਡੇ ਸਾਹਮਣੇ ਹੀ ਦਿੰਦੇ ਆ ਠੀਕ ਹੈ ਬਾਕੀ ਇਹ ਆ ਕਿ ਕੋਈ ਹਾਂਜੀ ਤੇ ਨਾਲੇ ਇੱਥੋਂ ਤਸੱਲੀ ਕਰਕੇ ਵੇਚ ਜਾ ਕੇ ਖੜੇ ਆ ਨਾ ਕੋਈ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਬਾਕੀ ਹੈ ਠੰਡੀਆਂ ਧੀਰੀਆਂ ਵਾ ਲੰਮੇ ਪੈ ਜਾ ਥੱਲੇ ਤੇ ਬਾਕੀ ਆਪਣੀ ਸਮਝਣਾ ਵੇਚ ਜਾ ਕੇ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ